ਸਲਾਮ ਆਦਾਬ ਨਮਸਤੇ ਰਾਮ ਰਾਮ ਸਤਿ ਸ਼੍ਰੀ ਅਕਾਲ ਦੋਸਤੋ ਦੀਪਾਵਲੀ ਦਾ ਤਿਉਹਾਰ ਇਹਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਭ ਨੂੰ ਰਹਿੰਦਾ ਹੈ ਅਤੇ ਸੋ ਅੱਜ ਦੀਪਾਵਲੀ ਦਾ ਤਿਉਹਾਰ ਆ ਚੁੱਕਿਆ ਹੈ ਅਤੇ ਬੇਸਬਰੀ ਦੇ ਨਾਲ ਲੋਕ ਸਮਾਨ ਖਰੀਦ ਰਹੇ ਨੇ ਹਰ ਕਿਸੇ ਨੂੰ ਇਹੋ ਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਰ ਦੇ ਵਿੱਚ ਸਜਾਵਟ ਵਾਸਤੇ ਸਮਾਨ ਖਰੀਦਿਆ ਜਾਵੇ ਖਰੀਦਾ ਖਰੀਦੀ ਜ਼ਰੂਰ ਕੀਤੀ ਜਾਂਦੀ ਹੈ ਦੀਪਾਵਲੀ ਦੇ ਤਿਉਹਾਰ ਦੇ ਉੱਤੇ ਚਾਹੇ ਮੰਦੇ ਹੋਣ ਅਤੇ ਚਾਹੇ ਨਾ ਹੋਣ ਅਤੇ ਅੱਜ ਬਾਜ਼ਾਰਾਂ ਦੇ ਵਿੱਚ ਕੀ ਮਾਹੌਲ ਹੈ ਅੰਮ੍ਰਿਤਸਰ ਦੇ ਬਾਜ਼ਾਰ ਦੇ ਵਿੱਚ ਉਤਰੀ ਹੈ ਸਾਡੀ ਟੀਮ ਅਤੇ ਅੱਜ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਬਾਜ਼ਾਰਾਂ ਦੇ ਵਿੱਚ ਮੰਦੇ ਦੀ ਮਾਰ ਵੱਜ ਰਹੀ ਹੈ ਜਾਂ ਫਿਰ ਮੰਦਾ ਹੋਣ ਦੇ ਬਾਵਜੂਦ ਵੀ ਲੋਕ ਸਮਾਨ ਦੀ ਖਰੀਦਾ ਖਰੀਦੀ ਕਰ ਰਹੇ ਨੇ ਸੋ ਗੱਲਬਾਤ ਕਰਦੇ ਜਿਹੜੇ ਕਸਟਮਰ ਇੱਥੇ ਪਹੁੰਚੇ ਨੇ ਮੈਡਮ ਕੀ ਨਾਮ ਤੁਹਾਡਾ ਜੀ ਮਨਪ੍ਰੀਤ ਕੌਰ ਮਨਪ੍ਰੀਤ ਜੀ ਕੀ ਕਹਿਣਾ ਚਾਹੋਗੇ ਦੀਪਾਵਲੀ ਦਾ ਮੌਕਾ ਹੈ ਹਰ ਕੋਈ ਖਰੀਦਾ ਖਰੀਦੀ ਜੀ ਲੱਗਾ ਤੁਸੀਂ ਵੀ ਪਹੁੰਚੇ ਜੇ ਕੀ ਕਹਿਣਾ ਚਾਹੋਗੇ ਬਸ ਇਹੀ ਕਿ ਜਿਹਦੀ ਜਿੰਨੀ ਜਿੰਨੀ ਕੰਪੈਸਿਟੀ ਹੈ ਜੇਬ ਹੈਗੀ ਹੈ ਖਰਚਾ ਜਿੰਨਾ ਹੈਗਾ ਉਹਨਾਂ ਉਹਨਾਂ ਅਗਲੇ ਖਰਚਾ ਕਰ ਰਹੇ ਨੇ ਆਪਣਾ ਆਪਣਾ ਕੀ ਖਰੀਦਿਆ ਜਾ ਰਿਹਾ ਅੱਜ ਸਭ ਕੁਛ ਤੁਸੀਂ ਦੇਖ ਰਹੇ ਹੋ ਝੂਮਰ ਕੈਂਡਲਸ ਵਗੈਰਾ ਸਭ ਤਿਆਰੀਆਂ ਕੀ ਕੀ ਦੀਵਾਲੀ ਦੀਆਂ ਕੀਤੀਆਂ ਜਾਣਗੀਆਂ ਕਿਉਂਕਿ ਇੰਤਜ਼ਾਰ ਰਹਿੰਦਾ ਬੇਸਬਰੀ ਦੇ ਨਾਲ ਇਸ ਤਿਉਹਾਰ ਸਾਰੇ ਆਪਣੇ ਆਪਣੇ ਘਰਦੀਆਂ ਜੋ ਚੀਜ਼ਾਂ ਨੇ ਉਹ ਖਰੀਦਦੇ ਨੇ ਨਵੀਆਂ ਕੋਈ ਬਰਤਨ ਖਰੀਦਦਾ ਕੋਈ ਆਪਣੀ ਸਜਾਵਟ ਦੇ ਲਈ ਸਮਾਨ ਖਰੀਦਦਾ ਕੋਈ ਮਿਠਾਈਆਂ ਖਰੀਦਦਾ ਕੋਈ ਬੱਚਿਆਂ ਲਈ ਚੀਜ਼ਾਂ ਖਰੀਦਦਾ ਖਿਡੌਣੇ ਖਰੀਦਦਾ ਸਾਰੇ ਆਪੋ ਆਪਣਾ ਹੀ ਸਮਾਨ ਖਰੀਦਦੇ ਨੇ ਜੋ ਜਿਹਨੂੰ ਚਾਹੀਦਾ ਹੋਵੇ ਜੋ ਲੋੜ ਦੇ ਅਨੁਸਾਰ ਸੋ ਬਿਲਕੁਲ ਸਹੀ ਗੱਲ ਹੈ ਕਿ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਬੱਚਿਆਂ ਨੂੰ ਖੁਸ਼ ਰੱਖਣ ਵਾਸਤੇ ਪਟਾਕੇ ਵੀ ਨਾਲ ਗਿਫਟ ਜਿਹੜੇ ਆ ਰਿਸ਼ਤੇਦਾਰ ਸਕੇ ਸੰਬੰਧੀਆਂ ਨੂੰ ਗਿਫਟ ਦਿੱਤੇ ਜਾਂਦੇ ਨੇ ਦੀਪਾਵਲੀ ਜਿਹੜਾ ਤਿਉਹਾਰ ਹੈ ਇਹ ਸਕੇ ਸੰਬੰਧੀ ਯਾਰ ਦੋਸਤ ਹਰ ਇੱਕ ਨੂੰ ਮਿਲਣ ਦਾ ਇੱਕ ਬਹਾਨਾ ਹੁੰਦਾ ਹੈ ਹਰ ਕੋਈ ਆਪਣਾ ਪਿਆਰ ਜ਼ਾਹਿਰ ਕਰਦਾ ਹੈ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸਾਡੀ ਟੀਮ ਪਹੁੰਚੀ ਹੈ ਅਤੇ ਸਾਰੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਜਿਹੜੀਆਂ ਵਾ ਤੁਹਾਨੂੰ ਦਿਖਾਈਆਂ ਜਾ ਰਹੀਆਂ ਪੂਰਾ ਜ਼ੋਰ ਹੈ ਖਰੀਦਾ ਖਰੀਦੀ ਦਾ ਹਰ ਕੋਈ ਖਰੀਦਾ ਖਰੀਦੀ ਦੇ ਵਿੱਚ ਲੱਗਾ ਹੋਇਆ ਹਰ ਕਿਸੇ ਨੂੰ ਇਹੋ ਹੀ ਹੈ ਕਿ ਸਮਾਨ ਅਸੀਂ ਖਰੀਦ ਲਈਏ ਕਿਤੇ ਮੋਕ ਨਾ ਜਾਵੇ ਕਿਉਂਕਿ ਦੀਵਾਲੀ ਦਾ ਤਿਉਹਾਰ ਹੀ ਇਸ ਤਰ੍ਹਾਂ ਦਾ ਹੈ ਕਿ ਹਰ ਇੱਕ ਨੂੰ ਹੁੰਦਾ ਹੈ ਕਿ ਅਸੀਂ ਸਮਾਨ ਖਰੀਦ ਲਈਏ ਦੁਕਾਨਦਾਰ ਮੌਜੂਦ ਨੇ ਦੁਕਾਨਦਾਰ ਨਾਲ ਗੱਲ ਕਰਕੇ ਦੇਖ ਲੈਂਦੇ ਹਾਂ ਕਿ ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਦੀਵਾਲੀ ਦਾ ਤਿਉਹਾਰ ਆ ਗਿਆ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਜੀ ਸਭ ਵਧੀਆ ਚੱਲ ਰਿਹਾ ਲੋਕ ਖੁਸ਼ ਨੇ ਬਹੁਤ ਬਹੁਤ ਵਧੀਆ ਚੱਲਦਾ ਸਭ ਦੀਵਾਲੀ ਉੱਤੇ ਯਾਰ ਕਿ ਜਿਸ ਤਰ੍ਹਾਂ ਫੋਰਵਰਡ ਚੱਲਦਾ ਪਿਆ ਜ਼ਮਾਨਾ ਅਤੇ ਸਮਾਨ ਅਤੇ ਨਵਾਂ ਵੱਖਰੀ ਵੱਖਰੀ ਚੀਜ਼ਾਂ ਯਾਰ ਕਿ ਆਈਆਂ ਹੋਣਗੀਆਂ ਠੀਕ ਹੈ ਜੀ ਕਸਟਮਰ ਪਸੰਦ ਕਰ ਰਹੇ ਨੇ ਨਵੇਂ ਨਵੇਂ ਆਈਟਮਸ ਆਈਆਂ ਨੇ ਸਾਰੀਆਂ ਲੈ ਰਹੇ ਨੇ ਲੋਕ ਵਧੀਆ ਤਰੀਕੇ ਨਾਲ ਮਾਰਦੇ ਨਹੀਂ ਅਸੀਂ ਕਿਹਾ ਸਰ ਥੋੜ੍ਹਾ ਬਹੁਤ ਅਸਰ ਇਫੈਕਟ ਹੁੰਦਾ ਵਾ ਬਾਕੀ ਤੁਹਾਨੂੰ ਪਤਾ ਤਿਉਹਾਰ ਹੈ ਲੋਕਾਂ ਨੇ ਖਰਚ ਨਹੀਂ ਹੈ ਪੈਸੇ ਜੀ ਬਿਲਕੁਲ ਤਿਉਹਾਰ ਜਦੋਂ ਆ ਜਾਂਦਾ ਦੀਵਾਲੀ ਦਾ ਜੋ ਤਿਉਹਾਰ ਆਉਂਦਾ ਅਤੇ ਉਦੋਂ ਪੈਸੇ ਜ਼ਰੂਰ ਖਰਚੇ ਜਾਂਦੇ ਆ ਹੋਰ ਚਾਰੋਂ ਪਾਸੇ ਦੇਖ ਸਕਦੇ ਜੇ ਕਿ ਸੋਹਣੀਆਂ ਸੋਹਣੀਆਂ ਤਸਵੀਰਾਂ ਅਸੀਂ ਕਹਿ ਸਕਦੇ ਹਾਂ ਸਮਾਨ ਦੀਆਂ ਵੱਖ ਵੱਖ ਸਮਾਨ ਜਿਹੜਾ ਸਿਹਰੇ ਜਿਹੜੇ ਲੱਗੇ ਹੋਏ ਨੇ ਜਾਂ ਫਿਰ ਫੁੱਲਾਂ ਦੀ ਗੱਲ ਕੀਤੀ ਜਾਵੇ ਫੁੱਲਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤ ਹੀ ਕਿਆਮਤ ਅਸੀਂ ਕਹਿ ਸਕਦੇ ਹਾਂ ਹੁਣ ਬਣਦਾ ਹੈ ਕਿ ਤੁਹਾਨੂੰ ਇਹ ਵੀ ਆਈਟਮ ਵਿਖਾਈਏ ਕਿਉਂਕਿ
ਹਲਵਾਈ ਦੀ ਦੁਕਾਨ ਜਦੋਂ ਦਿਵਾਲੀ ਹੁੰਦੀ ਹੈ ਤਾਂ ਹਲਵਾਈ ਦੀ ਦੁਕਾਨ ਦੇ ਉੱਤੇ ਦੋ ਦੋ ਮਹੀਨੇ ਪਹਿਲਾਂ ਹੀ ਆਰਡਰ ਆ ਜਾਂਦੇ ਨੇ, ਪਰ ਹੁਣ ਇਹ ਸੁੱਕੀਆਂ ਆਈਟਮਾਂ ਚੱਲ ਗਈਆਂ, ਡਰਾਈ ਫਰੂਟ ਲਗਾ ਲਓ ਜਾਂ ਫਿਰ ਬਿਸਕੁਟ ਲਗਾ ਲਓ, ਇਹ ਵੀ ਵੱਖ ਵੱਖ ਡੱਬੇ ਤੁਸੀਂ ਦੇਖ ਸਕਦੇ ਜੇ ਕਿ ਬਹੁਤ ਸੋਹਣੇ ਸੋਹਣੇ ਜਿਹੜੇ ਬਿਸਕੁਟ ਆਪਾਂ ਵੇਖਣ ਨੂੰ ਵੀ ਸੋਹਣੇ ਲੱਗਦੇ ਅਤੇ ਖਾਣ ਨੂੰ ਵੀ ਸੋਹਣੇ ਹੋਣਗੇ ਮੇਰੇ ਹਿਸਾਬ ਦੇ ਨਾਲ। ਅਤੇ ਡੱਬੇ ਦੇਖ ਸਕਦੇ ਚਾਰੋਂ ਪਾਸੇ ਡੱਬੇ ਖਲੋੜੇ ਆ। ਸਰ ਕੀ ਕਹਿਣਾ ਚਾਹੁੰਦੇ ਜੇ ਬਿਸਕੁਟ ਦੇ ਜਿਹੜੀਆਂ ਵੱਖ ਵੱਖ ਡੱਬੇ ਪੈਕ ਕਰਕੇ ਰੱਖੇ ਹੋਏ ਆ? ਸਰ ਅੱਜ ਦੇ ਟਾਈਮ 'ਚ ਲੋਕ ਮਿਠਾਈਆਂ ਦਾ ਕਾਫੀ ਪ੍ਰੇਜ਼ ਕਰ ਰਹੇ ਨੇ ਕਿ ਲੋਕ ਮਿਠਾਈਆਂ ਤੋਂ ਕਾਫੀ ਜ਼ਿਆਦਾ ਚਾਲੂ ਹੋ ਚੁੱਕੇ ਨੇ, ਉਨਾ ਹੀ ਖਾਣਾ ਪਸੰਦ ਕਰ ਰਹੇ। ਸੋ ਅੱਜ ਕੱਲ੍ਹ ਜਿਹੜੀ ਸੁੱਕੀ ਆਈਟਮਸ ਜ਼ਿਆਦਾ ਚੱਲਦੀਆਂ, ਬਿਸਕਿਟਸ ਵਗੈਰਾ ਜ਼ਿਆਦਾ ਚੱਲਦੀਆਂ, ਜਿਨ੍ਹਾਂ ਦੀ ਕੋਈ ਖਰਾਬੀ ਨਹੀਂ ਹੁੰਦੀ। ਅਤੇ ਸਭ ਤੋਂ ਵੱਡੀ ਗੱਲ, ਇਹ ਸਾਰੀ ਪਿਓਰ ਵੈਜ ਆਈਟਮਸ ਨੇ, ਠੀਕ ਹੈ, ਸਭ ਕੁਕੀਜ਼ ਵਗੈਰਾ ਨੇ ਸਪੈਸ਼ਲ। ਅਤੇ ਜਿਹੜੀ ਤੁਸੀਂ ਵਰਾਇਟੀਜ਼ ਵੱਖ ਵੱਖ ਦੇਖ ਸਕਦੇ ਹੋ, ਸਾਰੇ ਵਾਸਤੇ ਹਰ ਤਰ੍ਹਾਂ ਦੀ ਰੇਂਜ ਦਿੱਤੀ ਜਾ ਰਹੀ ਹੈ ਕਸਟਮਰ ਵਾਸਤੇ। ਜੇ ਕੋਈ ਛੋਟੀ ਰੇਂਜ ਵਾਸਤੇ ਵੀ ਹੈ ਤਾਂ ਵੱਡੀ ਰੇਂਜ ਦਾ ਵੀ ਬਿਸਕਿਟ ਸਾਰੀ ਅਵੇਲੇਬਲ ਹੈ ਵਰਾਇਟੀ। ਸਰ ਇਹ ਛੋਟਾ ਵੱਡਾ ਆਪਾਂ ਵੇਚ ਰਹੇ 130 ਰੁਪਏ ਦਾ, 130 ਰੁਪਏ ਦਾ ਵੇਚ ਰਹੇ ਹਾਂ, ਤਾਂ ਵੱਡਾ 200 ਦਾ ਵੇਚ ਰਿਹਾ। ਸਭ ਐਸੇ ਡਿਸਕਾਊਂਟ ਦੇ, MRP ਤੋਂ ਡਿਸਕਾਊਂਟ ਜਾ ਰਿਹਾ। ਕਸਟਮਰ ਕੀ ਕਹਿੰਦੇ ਆ, ਖੁਸ਼ ਹੋਏ, ਬਿਸਕੁਟ ਜ਼ਿਆਦਾ ਖਰੀਦ, ਕਸਟਮਰ ਸੈਟਿਸਫਾਈਡ ਹੈ? ਜਿਹੜਾ ਇੱਕ ਵਾਰ ਲੈ ਕੇ ਜਾ ਰਿਹਾ ਵੈ, ਉਹ ਬਾਰ ਬਾਰ ਫਿਰ ਦੁਬਾਰਾ ਅਗਲੇ ਦਿਨ ਵੀ, ਨੈਕਸਟ ਡੇ ਫਿਰ ਦੁਬਾਰਾ ਲੈ ਕੇ ਜਾ ਰਿਹਾ। ਪਿਛਲੀ ਦਿਵਾਲੀ ਵਿੱਚ ਤੇ ਐਰ ਕੀ ਦਿਵਾਲੀ ਵਿੱਚ ਕੋਈ ਫਰਕ ਪਿਆ? ਸਰ ਫਸਟ ਇਹ ਮੇਰਾ ਜਿਹੜਾ ਐਕਸਪੀਰੀਅੰਸ ਹੈ, ਮੇਰਾ ਫਸਟ ਟਾਈਮ ਦਾ ਐਕਸਪੀਰੀਅੰਸ ਹੈ, ਬਟ ਮੈਂ ਕਾਫੀ ਸੈਟਿਸਫਾਈਡ ਹਾਂ ਇਸ ਟਾਈਮ ਤੋਂ, ਫਸਟ ਟਾਈਮ। ਸ਼ਹਿਰ ਵਾਸੀ ਦੇ ਹਿਸਾਬ ਨਾਲ ਸੀ ਵੇਖੀਏ, ਲੱਗਦਾ ਕੋਈ ਫਰਕ ਮੰਦੇ ਦੀ ਮਾਰ? ਹਾਂਜੀ ਹਾਂਜੀ ਸਰ, ਮੰਦੇ ਦੀ ਮਾਰ ਤੋਂ ਜਾਈਏ ਸਰ, ਡੇ ਬਾਏ ਡੇ ਜਿਹੜੀ ਆਪਾਂ ਪਿੱਛੇ ਤੋਂ ਤੁਰੇ ਆਈਏ, ਤਾਂ ਦਿਵਾਲੀ ਕਾਫੀ ਡੇ ਬਾਏ ਡੇ ਜਿਹੜੀ ਆਪਣੀ ਰੌਣਕ ਖਤਮ ਹੁੰਦੀ ਜਾ ਰਹੀ ਹੈ। ਲੋਕਾਂ ਕੋਲ ਪੈਸੇ ਦੀ ਕਮੀ ਆਈ ਆ, ਜਿੱਦਾਂ ਵੀ ਕਮੀ ਹੈ, ਰਿਸੈਸ਼ਨ ਪੀਰੀਅਡ ਕਾਫੀ ਚੱਲ ਰਿਹਾ ਮਾਰਕੀਟ 'ਚ, ਜਿੱਦਾਂ ਵੀ ਆਪਾਂ ਦਿਵਾਲੀ ਪਹਿਲਾਂ, ਇਹ ਤੋਂ 5 ਸਾਲ ਪਹਿਲਾਂ ਵੀ ਵੇਖ ਰਹੇ ਸੀਗੇ, ਹੌਲੀ ਹੌਲੀ ਸਾਰ ਡਾਊਨਫੋਲ ਹੁੰਦਾ ਜਾ ਰਿਹਾ। ਸੋ ਹੋਰ ਵੀ ਤਸਵੀਰਾਂ ਦਿਖਾਉਂਦੇ ਹਾਂ, ਕਿਉਂਕਿ ਬਾਜ਼ਾਰ ਦੇ ਵਿੱਚ ਸਮਾਨ ਵੱਖ ਵੱਖ ਤਰੀਕੇ ਦੇ ਲੱਗੇ ਆ, ਖਾਣ ਪੀਣ ਦੇ ਲਗਾ ਲਓ ਜਾਂ ਫਿਰ ਹੋਰ ਲਗਾ ਲਓ। ਮੈਟ ਦੇਖ ਸਕਦੇ ਜੇ, ਮੈਟ ਲੱਗੇ ਵਾਂਸਮਾਂ ਨੇ, ਦੀਵੇ ਦੇਖ ਸਕਦੇ, ਮਿੱਟੀ ਦੇ ਜਿਹੜੇ ਦੀਵੇ ਹੁੰਦੇ ਨੇ ਜਾਂ ਮਿੱਟੀ ਦਾ ਕੋਈ ਵੀ ਸਮਾਨ ਜਿਹੜਾ ਹੁੰਦਾ ਹੈ, ਉਹ ਦਿਵਾਲੀ ਦੇ ਉੱਤੇ ਜ਼ਿਆਦਾ ਸ਼ੁਭ ਗਿਣਿਆ ਜਾਂਦਾ ਹੈ। ਇਹ ਦਿਵਾਲੀ ਦੇ ਉੱਤੇ ਜ਼ਿਆਦਾ ਸ਼ੁਭ ਗਿਣਿਆ ਜਾਂਦਾ, ਇਸ ਦੀਵੇ ਨੂੰ ਬਣਾਉਣ ਦੇ ਉੱਤੇ ਕਾਫੀ ਮਿਹਨਤ ਲੱਗਦੀ ਹੈ, ਹੱਥ ਛਿੱਲੇ ਜਾਂਦੇ ਨੇ ਇਹ ਦੀਵਿਆਂ ਨੂੰ ਬਣਾਉਣ ਵਾਸਤੇ, ਪਰ ਇਹ ਦੀਵੇ ਦਾ ਮੁੱਲ ਜਿਹੜਾ ਹੈ ਉਹ ਸ਼ਾਇਦ ਘੱਟ ਹੁੰਦਾ, ਪਰ ਇਸ ਤੋਂ ਬਿਨਾਂ ਦੀਪਾਵਲੀ ਮਨਾਈ ਵੀ ਨਹੀਂ ਜਾਂਦੀ, ਕਿਉਂਕਿ ਮਿੱਟੀ ਦੇ ਨਾਲ ਹੀ ਦੀਵਾਲੀ ਮਨਾਈ ਜਾਂਦੀ ਹੈ। ਤਸਵੀਰਾਂ ਜਿਹੜੀਆਂ ਦੇਖ ਸਕਦੇ ਜੇ, ਸਾਰੇ ਪਾਸੇ ਲੱਗੀਆਂ ਹੋਈਆਂ, ਹਰ ਚੀਜ਼ ਜਿਹੜੀ ਹੈ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਮਿਲੇਗੀ, ਹਰ ਚੀਜ਼ ਇਸ ਮਾਰਕੀਟ ਦੇ ਵਿੱਚ ਮੌਜੂਦ ਹੋਏਗੀ। ਸਰ ਗੋਟੇ ਬੜੇ ਬੜੇ ਸੋਹਣੇ ਲਗਾਏ ਜੇ, ਕੀ ਕਹਿਣਾ ਚਾਹੋਗੇ? ਕੀ ਨਾਮ ਤੁਹਾਡਾ? ਮਨੂ ਅਗਰਵਾਲਾ ਜੀ। ਕੀ ਕਹਿਣਾ ਚਾਹੋਗੇ? ਗੋਟੇ ਬਹੁਤ ਬਹੁਤ ਸੋਹਣੇ ਲਗਾਏ ਨੇ ਦੀਵਾਲੀ ਦੇ ਕਰਕੇ, ਕਿਵੇਂ ਕਰਕੇ ਲਗਾ ਦਿੱਤੀ ਜੀ ਸੇਲ? ਬਹੁਤ ਅੱਛਾ ਮਾਹੌਲ ਹੁੰਦਾ ਮਾਰਕੀਟ ਦੇ ਵਿੱਚ, ਸਭ ਨੇ ਲਗਾਈ ਹੁੰਦੀ ਸੇਲ, ਤੇ ਅੱਛੀ ਲੱਗਦੀ ਹੈ, ਪਬਲਿਕ ਕਾਫੀ ਹੁੰਦੀ ਹੈ ਮਾਰਕੀਟ 'ਚ। ਭੀੜ ਕਿਸ ਤਰ੍ਹਾਂ ਦੀ ਹੈ ਲੋਕਾਂ ਦੀ? ਰਸ਼ ਬਹੁਤ ਜ਼ਿਆਦਾ ਜੀ ਇਸ ਟਾਈਮ ਤੇ, ਬਹੁਤ ਅੱਛਾ, ਸਾਰਿਆਂ ਨੂੰ ਬਹੁਤ ਅੱਛਾ ਫੀਲ ਹੋ ਰਿਹਾ ਇੱਥੇ, ਔਰ ਜੀ ਆਪ ਦੇਖੋ ਤੁਹਾਨੂੰ ਵੀ ਅੱਛਾ ਲੱਗਦਾ ਹੋਏਗਾ। ਕਾਕਾ ਦੇਖ ਸਕਦੇ ਜੇ, ਕਾਕਾ ਤੁਸੀਂ ਦੇਖ ਕੇ ਸੋਚਦੇ ਹੋਵੋਗੇ ਕਿ ਸ਼ਾਇਦ ਕੋਈ ਬੱਚਾ ਚੱਕਿਆ, ਪਰ ਬੱਚਾ ਨਹੀਂ ਹੈ, ਇਹ ਵੀ ਸਜਾਵਟ ਦਾ ਇੱਕ ਹਿੱਸਾ ਹੈ, ਇਹ ਹਰ ਕੋਈ ਖਰੀਦ ਰਿਹਾ। ਤੁਹਾਨੂੰ ਦੱਸ ਦਈਏ ਕਿ ਇਹ ਦੇਖ ਸਕਦੇ ਕਾਕਾ, ਅੱਖ ਥੋੜ੍ਹੀ ਟੇਢੀ ਹੈ, ਬਾਕੀ ਠੀਕ ਹੈ ਸਾਰਾ ਕੁਛ। ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਚਾਰੋਂ ਪਾਸੇ ਇਸ ਤਰ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਤੁਹਾਨੂੰ ਜ਼ਰੂਰ ਨਜ਼ਰ ਆਉਣਗੀਆਂ। ਚਾਰੋਂ ਪਾਸੇ ਖਿਲੌਣੇ ਜਿਹੜੇ ਲੱਗੇ ਨੇ, ਇਸ ਨੂੰ ਦੇਖ ਕੇ ਤੁਹਾਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਸ਼ਾਇਦ ਕੋਈ ਬੱਚਾ ਕਿਸੇ ਦਾ ਚੁੱਕਿਆ, ਪਰ ਬੱਚਾ ਨਹੀਂ, ਇਹ ਵੀ ਸਮਾਨ ਜਿਹੜਾ ਵਿਕਣ ਵਾਸਤੇ ਰੱਖਿਆ, ਜਿਹੜੇ ਇੱਥੇ ਲੋਕ ਪਹੁੰਚਦੇ ਪਏ ਨੇ ਉਹਨਾਂ ਵੱਲੋਂ ਖਰੀਦਾ ਖਰੀਦੀ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਵਿੱਚ ਰਸ਼ ਤੁਸੀਂ ਦੇਖ ਸਕਦੇ ਕਿ ਚਾਰੋਂ ਪਾਸੇ ਸਿਰਫ ਤੇ ਸਿਰਫ ਰੌਣਕਾਂ ਹੀ ਨਜ਼ਰ ਆਉਣਗੀਆਂ, ਹਰ ਪਾਸੇ ਹਰ ਕੋਈ ਸਮਾਨ ਖਰੀਦਣ ਵਿੱਚ ਲੱਗਾ ਹੋਇਆ। ਸੋ ਜਦੋਂ ਵੀ ਦੀਵਾਲੀ ਹੁੰਦੀ ਨਾ, ਔਰਤਾਂ ਦਾ ਸਮਾਨ ਤੁਹਾਨੂੰ ਦੱਸਦੀ ਹੈ ਕਿ ਔਰਤਾਂ ਦਾ ਸਮਾਨ ਸਭ ਤੋਂ ਜ਼ਿਆਦਾ ਵਿਕਦਾ, ਅਤੇ ਇਹ ਦੁਕਾਨ ਦੇ ਅੰਦਰ ਚੱਲਦੇ ਹੈ ਜਿੱਥੇ ਸ਼ਿੰਗਾਰ ਦਾ ਸਮਾਨ ਜਿਹੜਾ ਔਰਤਾਂ ਵੱਲੋਂ ਖਰੀਦਿਆ ਜਾ ਰਿਹਾ। ਇਹ ਦੁਕਾਨ ਜਿਹੜੀ ਹੈ ਸ਼ਹਿਰ ਦੇ ਵਿੱਚੋਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੁਕਾਨਾਂ ਜਿਹੜੀਆਂ ਵਾ ਉੱਥੇ ਸਮਾਨ ਖਰੀਦਿਆ ਜਾ ਰਿਹਾ, ਕਿਉਂਕਿ ਇਹ ਸਮਾਨ ਜ਼ਿਆਦਾ ਖਰੀਦੇ ਜਾਂਦੇ ਹਮੇਸ਼ਾ ਹੀ
ਕੋਈ ਵੀ ਤਿਉਹਾਰ ਹੋਵੇ ਤਾਂ ਦੱਸਦੀ ਹੈ ਕਿ ਕੋਈ ਵੀ ਤਿਉਹਾਰ ਹੋਵੇ ਔਰਤਾਂ ਸਭ ਤੋਂ ਜ਼ਿਆਦਾ ਅਤੇ ਬੱਚੇ ਸਭ ਤੋਂ ਜ਼ਿਆਦਾ ਦੁਕਾਨਦਾਰ ਨੂੰ ਪ੍ਰੋਫਿਟ ਕਰਾਉਂਦੀਆਂ ਨੇ, ਬੰਦੇ ਚਾਹੇ ਘੱਟ। ਸਰ ਕੀ ਨਾਮ ਜੀ? ਨਾਨਕ ਸਿੰਘ। ਕਹਿਣਾ ਇਹ ਚਾਹੁੰਦੇ ਹਾਂ ਜੀ, ਕਾਰੋਬਾਰ ਨਹੀਂ ਹੈਗਾ ਬਿਲਕੁਲ ਨਾ, ਤੁਸੀਂ ਦੇਖ ਲਓ ਮਾਰਕੀਟ ਦੇ ਵਿੱਚ ਉਜਾੜ ਹੀ ਪਈ ਹੋਈ ਹੈ, ਕੱਲ੍ਹ ਦਿਵਾਲੀ ਹੈ। ਅਸਲ 'ਚ ਅਸਲ ਜਿਹੜਾ ਹੈਗਾ ਨਾ, GST ਦਾ ਅਤੇ ਨੋਟਬੰਦੀ ਦਾ ਹੁਣ ਆਣ ਕੇ ਹੋਇਆ, ਬਹੁਤ ਮਾੜਾ ਹਾਲ ਹੈ। ਤੁਸੀਂ ਦੇਖ ਲਓ, ਕੋਈ 100 ਰੁਪਏ ਦੀ ਚੀਜ਼ ਲੈਣੀ ਨਾ, ਇਹਦੇ ਬਾਰੇ ਉਹ ਸੋਚ ਰਿਹਾ ਕਿ ਮੈਂ ਲਵਾਂ ਕਿ ਨਾ ਲਵਾਂ, ਭਾਂਡੇ ਲੱਗੇ ਆ ਜਾਂ ਕੋਈ ਵੀ ਚੀਜ਼ ਲੱਗੀ ਆ, ਕਿਸੇ 'ਚ ਜਾਨ ਨਹੀਂ ਗਈ, ਪੈਸਾ ਲੋਕਾਂ ਕੋਲ ਹੈਗਾ ਨਹੀਂ, ਅਤੇ ਇਸ ਵਜ੍ਹਾ ਕਰਕੇ ਬਹੁਤ ਬੁਰਾ ਹਾਲ ਹੈ। ਮਾਰਕੀਟ ਵੇਲੋ ਹੈ, ਆਈਡੀਆ 'ਚ ਜਿਹੜਾ ਇੱਥੇ ਬਿਲਕੁਲ ਪੈਰ ਰੱਖਣ ਜੋਗੀ ਜਗ੍ਹਾ ਨਹੀਂ ਹੁੰਦੀ, ਅਤੇ ਅੱਜ ਸਾਰੀ ਦੁਕਾਨਾਂ 'ਤੇ ਉੱਥੇ ਵੇਖ ਲਓ ਖਾਲੀ ਹਾਲ ਹੈਗਾ, ਕੋਈ ਵੀ ਕਾਰੋਬਾਰ ਨਹੀਂ ਹੈਗਾ। ਬਿਸਕੁਟ ਲੱਗੇ ਤੁਹਾਡੇ ਸਾਹਮਣੇ, ਬਾਹਰ ਸਾਹਮਣੇ ਭਾਂਡੇ ਲੱਗੇ ਆ, ਸਾਹਮਣੇ ਸਿਹਰੇ ਲੱਗੇ ਆ, ਮੋਮਬੱਤੀ ਲੱਗੀ ਆ, ਕੋਈ ਵੀ ਬੰਦਾ 100 ਰੁਪਏ ਦੀ ਚੀਜ਼ ਲੈਣ ਲੱਗਿਆ ਵੀ ਸੋਚ ਰਿਹਾ ਕਿ ਕੀ ਕਰੀਏ। ਬਿਲਕੁਲ ਸਹੀ ਕਹਿ ਸਕਦੇ ਅਸੀਂ ਕਿ ਮੰਦੇ ਦੀ ਮਾਰ ਜਿਹੜੀ ਆ ਉਹ ਵਾਕਈ ਬਹੁਤ ਬਹੁਤ ਜ਼ਿਆਦਾ। ਮੋਦੀ ਸਾਹਿਬ ਨੇ ਇੰਨੀ ਕੁ ਮੰਦੇ ਦੀ ਮਾਰ ਮਾਰਤੀ, ਜਿਹੜੀ ਲੋਕਾਂ ਨੇ ਸੋਚਿਆ ਵੀ ਸੀ। ਮੋਦੀ ਸਾਹਿਬ ਨੂੰ ਬੜੇ ਚਾਅ ਦੇ ਨਾਲ ਲੋਕਾਂ ਨੇ ਲਿਆਂਦਾ ਸੀ, ਪਰ ਲੋਕਾਂ ਦਾ ਚਾਅ ਜਿਹੜਾ ਇਹਨਾਂ ਨੇ ਸਾਰਾ ਖਤਮ ਕਰਤਾ, ਕਿ ਲੋਕ ਬਹੁਤ ਐਲੇ ਪਰੇਸ਼ਾਨ ਨੇ, ਨੌਕਰੀ ਪੇਸ਼ਾ ਵੀ ਪਰੇਸ਼ਾਨ ਆ, ਦੁਕਾਨਦਾਰੀ ਪਰੇਸ਼ਾਨ ਆ। ਤੁਸੀਂ ਦੇਖੋ ਐਤਕੀ ਕਿਸੇ ਨੂੰ ਦਿਵਾਲੀ ਦੇਣ ਨੂੰ ਵੀ ਜਿਹੜੀ ਹੈ ਨਾ, ਦੁਕਾਨਦਾਰ ਜਾਂ ਦੂਜੇ ਲੇਬਰ ਨੂੰ ਦੇਣ ਨੂੰ ਵੀ ਨਹੀਂ ਖੁਸ਼ ਹੈਗੇ, ਅਤੇ ਲੇਬਰ ਵੀ ਪਿੱਟਦੀ ਵੀ ਹੈ ਕਿ ਸਾਨੂੰ ਨਹੀਂ, ਪ੍ਰਧਾਨ ਜੀ ਦਿਵਾਲੀ ਨਹੀਂ ਦੇ ਰਹੇ ਦੁਕਾਨਦਾਰ, ਦੁਕਾਨਦਾਰਾਂ ਕੋਲ ਪੈਸੇ ਹੀ ਨਹੀਂ ਗਏ, ਕਿੱਥੋਂ ਦੇਣਗੇ ਉਹਨਾਂ? ਇਹ ਗੱਲ ਬਿਲਕੁਲ ਸਹੀ ਹੈ, ਜੇ ਪੈਸੇ ਹੋਣਗੇ ਤਾਂ ਫੇਰ ਹੀ ਵੰਡੇ ਜਾਣਗੇ। ਸਵਾਲ ਇੱਥੇ ਇਹ ਉੱਠਦਾ, ਮੰਦੇ ਦੀ ਮਾਰ ਕਿਸੇ ਨੂੰ ਪੈ ਰਹੀ ਅਤੇ ਕਿਸੇ ਨੂੰ ਨਹੀਂ ਪੈ ਰਹੀ? ਕੁਝ ਜ਼ਿਆਦਾਤਰ ਕਹਿ ਸਕਦੇ ਕਿ 70% ਮੰਦੇ ਦੀ ਮਾਰ ਜ਼ਰੂਰ ਪੈ ਰਹੀ ਹੈ। ਤਸਵੀਰਾਂ ਜਿਹੜੀਆਂ ਚਾਰੋਂ ਪਾਸੇ ਤੁਹਾਨੂੰ ਦਿਖਾ ਰਹੇ ਹਾਂ, ਹਰ ਦੁਕਾਨ ਦੇ ਉੱਤੇ ਅਸੀਂ ਜਾ ਕੇ ਦੁਕਾਨਦਾਰਾਂ ਦਾ ਹਾਲ ਵੀ ਦੇਖ ਰਹੇ ਹਾਂ, ਹਰ ਇੱਕ ਦਾ ਹਾਲ ਆਪਾਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਹ, ਕਿਆ ਬਾਤ ਹੈ, ਵਾਹ ਕਿਆ ਇਹ ਨਜ਼ਾਰਾ ਵੇਖਣ ਵਾਲਾ ਅੰਮ੍ਰਿਤਸਰ ਸ਼ਹਿਰ ਦਾ। ਹਰ ਪਾਸੇ ਇਸ ਤਰ੍ਹਾਂ ਲੱਗ ਰਿਹਾ ਕਿ ਦੁਲਹਨ ਵਾਂਗਰ ਦੁਕਾਨਾਂ ਸਜਾਈਆਂ ਹੋਈਆਂ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਅੱਜ ਦੁਕਾਨਾਂ ਸਜੀਆਂ ਨੇ ਅਤੇ ਦੀਵਾਲੀ ਦੇ ਦਿਨ ਨੂੰ ਘਰ ਵੀ ਸਜਣਗੇ, ਹਰ ਇੱਕ ਦੇ ਘਰ, ਹਰ ਇੱਕ ਦੇ ਦੁਕਾਨਾਂ ਵੀ ਸਜਣਗੀਆਂ, ਇਹ 'ਚ ਕੋਈ ਸ਼ੱਕ ਨਹੀਂ ਹੈ। ਬਾਜ਼ਾਰਾਂ ਦੀਆਂ ਰੌਣਕਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ। ਸੋ ਮਾਤਾ ਲਕਸ਼ਮੀ ਜਿਨ੍ਹਾਂ ਦੀ ਪੂਜਾ ਵੀ ਹੁੰਦੀ ਹੈ, ਤਸਵੀਰਾਂ ਜਿਹੜੀਆਂ ਇਹ ਤਸਵੀਰਾਂ ਮਾਤਾ ਲਕਸ਼ਮੀ ਸਰਸਵਤੀ ਦੇ ਗਣੇਸ਼ ਜੀ ਦੀ ਸੋਹਣੀ ਤਸਵੀਰ, ਸੋ ਦੇਖ ਸਕਦੇ ਜੇ ਬਹੁਤ ਹੀ ਵਧੀਆ ਜਿਹੜੀਆਂ ਤਸਵੀਰਾਂ। ਰੌਣਕਾਂ, ਜੇ ਰੌਣਕਾਂ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੁਮਾਰ ਰੌਣਕਾਂ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਲੱਗੀਆਂ ਨੇ। ਇੱਥੋਂ ਹੀ ਪਤਾ ਲੱਗਦਾ ਹੈ ਕਿ ਦੀਵਾਲੀ ਅੰਮ੍ਰਿਤਸਰ ਦੀ ਅਤੇ ਦਾਲ ਰੋਟੀ ਘਰ ਦੀ। ਸੋਹਣੇ ਸੋਹਣੇ ਗਮਲੇ ਤੁਸੀਂ ਦੇਖ ਸਕਦੇ ਜੀ, ਕਿਹੜੇ ਸੋਹਣੇ ਗਮਲੇ ਲਗਾਏ ਹੋਏ ਨੇ। ਇਹ ਸੋਹਣੀਆਂ ਤਸਵੀਰਾਂ ਆਪਣੇ ਦੇਖ ਰਹੇ ਸਰੋਤਿਆਂ ਨੂੰ ਵਿਖਾਉਣ ਦਾ ਇਹੋ ਮਤਲਬ ਹੈ ਕਿ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਰੌਣਕਾਂ ਕਿੰਨੀਆਂ ਬੇਸ਼ੁਮਾਰ ਲੱਗੀਆਂ ਹੋਈਆਂ। ਰੌਣਕਾਂ ਜਿਹੜੀਆਂ ਨੇ ਉਹ ਵਾਕਿਆ ਹੀ ਵੇਖਣ ਵਾਲੀਆਂ ਨੇ, ਹਰ ਪਾਸੇ ਤੁਹਾਨੂੰ ਰੌਣਕਾਂ ਨਜ਼ਰ ਆਉਣਗੀਆਂ। ਕਿਉਂ ਨਜ਼ਰ ਆਉਣਗੀਆਂ? ਕਿਉਂਕਿ ਅੱਜ ਦੀਪਾਵਲੀ ਦਾ ਤਿਉਹਾਰ ਹੈ, ਅੱਜ ਦਾ ਦਿਨ ਜਿਹੜਾ ਹੈ ਉਹ ਹਰ ਕੋਈ ਇੰਤਜ਼ਾਰ ਕਰਦਾ ਹੁੰਦਾ ਹੈ। ਲੱਗ ਰਿਹਾ ਸੀ ਰੌਣਕਾਂ ਘੱਟ ਹੋਣਗੀਆਂ ਮਹਿੰਗਾਈ ਦੀ ਮਾਰ ਕਰਕੇ, ਪਰ ਰੌਣਕਾਂ ਉਸੇ ਤਰੀਕੇ ਦੀਆਂ ਤੁਹਾਨੂੰ ਨਜ਼ਰ ਆਉਣਗੀਆਂ। ਹਰ ਪਾਸੇ ਰੌਣਕਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ, ਜਿਹਦੇ ਕੋਲ ਜਿਹੜਾ ਵੀ ਸਮਾਨ ਹੈ ਉਸ ਤਰੀਕੇ ਨਾਲ ਰੱਖ ਕੇ ਅਤੇ ਕਿਤੇ ਨਾ ਕਿਤੇ ਬਾਜ਼ਾਰਾਂ ਦੇ ਵਿੱਚ ਸਜਾ ਕੇ ਬੈਠੇ ਨੇ ਸਮਾਨ ਹਰ ਕੋਈ ਦੀਵਾਲੀ ਦੇ ਕਰਕੇ ਹੀ। ਦੀਵਾਲੀ ਕੋਸ਼ਿਸ਼ ਸਾਡੀ ਇਹੋ ਰਹੇਗੀ ਕਿ ਅੰਮ੍ਰਿਤਸਰ ਦੀਆਂ ਇਹ ਸੋਹਣੀਆਂ ਤਸਵੀਰਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਦਿਖਾਈਆਂ ਜਾਣ ਕਿ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਦਾ ਰੁਬਾਬ ਹੈ ਦੀਵਾਲੀ ਦਾ।
ਇਹ ਕਹਿ ਸਕਦੇ ਹਾਂ ਕਿ ਦੀਵਾਲੀ ਇੱਕ ਇਸ ਤਰ੍ਹਾਂ ਦਾ ਤਿਉਹਾਰ ਵਾ ਜਿਹਦੇ ਉੱਤੇ ਖਰੀਦਾ ਖਰੀਦੀ ਜ਼ਰੂਰ ਹੋਏਗੀ, ਚਾਹੇ ਘੱਟ ਅਤੇ ਚਾਹੇ ਜ਼ਿਆਦਾ ਖਰੀਦਾ ਖਰੀਦੀ ਜ਼ਰੂਰ ਕੀਤੀ ਜਾਂਦੀ ਹੈ। ਸੋ ਉਸੇ ਤਰੀਕੇ ਦੇ ਨਾਲ ਖਰੀਦਾ ਖਰੀਦੀ ਕੀਤੀ ਜਾ ਰਹੀ ਹੈ ਦੀਵਾਲੀ ਦੇ ਇਸ ਤਿਉਹਾਰ ਦੇ ਉੱਤੇ। ਕੋਈ ਜੋ ਵੀ ਲਗਾਉਣਾ ਚਾਹੁੰਦਾ ਉਹ ਹੀ ਲਗਾ ਕੇ ਬੈਠਾ ਹੈ ਅਤੇ ਸੇਲ ਕੀਤੀ ਜਾ ਰਹੀ ਹੈ। ਕੁਛ ਵੀ ਲਗਾ ਲਓ, ਕੁਛ ਵੀ ਲਗਾਓ, ਹਰ ਜਗ੍ਹਾ ਦੇ ਉੱਤੇ ਸਿਰਫ ਤੋਂ ਸਿਰਫ ਜਿਹੜੀ ਕੀ ਨਾਮ ਸਰ ਜੀ ਸਾਨੇ ਕੀ ਕਹਿਣਾ ਚਾਹੋਗੇ ਰੌਣਕਾਂ ਦੀਵਾਲੀ ਦੀਆਂ? ਫਸਟ ਕਲਾਸ ਨੰਬਰ 1 ਬੰਦੇ ਦੀ ਕੋਈ ਮਾਰ ਤੇ ਨਹੀਂ? ਕੋਈ ਮਾਰ ਨਹੀਂ ਚੱਲਦੀ ਆ। ਪਿਛਲੀ ਦੀਵਾਲੀ ਦੀ ਐਰਕੀ ਦੀਵਾਲੀ 'ਚ ਕਿੰਨਾ ਕੁ ਅੰਤਰ ਰਿਹਾ? ਬਰਾਬਰ ਹੀ ਆ, ਬਰਾਬਰ ਹੀ ਆ, ਉਸ ਤਰੀਕੇ ਨਾਲ ਆਜ ਦੀ ਹੈ ਠੀਕ ਹੈ। ਸੋ ਕਿਸੇ ਕਿਸੇ ਨੂੰ ਕਹਿ ਸਕਦੇ ਹਾਂ ਕਿ ਮਾਰ ਦੀਵਾਲੀ ਦੀ ਮੰਦੇ ਦੀ ਮਾਰ ਜਿਹੜੀ ਪਈ ਹੈ ਦੀਵਾਲੀ ਉੱਤੇ, ਪਰ ਜ਼ਿਆਦਾਤਰ ਕਿਹਾ ਜਾ ਰਿਹਾ ਕਿ ਕਸਟਮਰ ਓਨੇ ਦੇ ਓਨੇ ਨੇ, ਚਾਹੇ ਦੀਵਾਲੀ 'ਤੇ ਮੰਦਾ ਹੈਗਾ ਚਾਹੇ ਨਹੀਂ ਹੈਗਾ, ਪਰ ਜਿਹੜਾ ਵੀ ਕਸਟਮਰ ਘਰੋਂ ਨਿਕਲਦਾ ਉਹਨੇ ਸਮਾਨ ਜ਼ਰੂਰ ਖਰੀਦਣਾ। ਦੀਵਾਲੀ ਤਿਉਹਾਰ ਹੀ ਇਸ ਤਰ੍ਹਾਂ ਦਾ ਕਿ ਸਮਾਨ ਜ਼ਰੂਰ ਖਰੀਦਣਾ, ਚਾਹੇ ਘੱਟ ਖਰੀਦੇ ਅਤੇ ਚਾਹੇ ਜ਼ਿਆਦਾ ਸਮਾਨ ਜ਼ਰੂਰ ਖਰੀਦਿਆ ਜਾਏਗਾ। ਭਾਅ ਜੀ ਕੀ ਨਾਮ ਤੁਹਾਡਾ? ਅਮਨਦੀਪ ਜੀ। ਅਮਨਦੀਪ ਜੀ ਕੀ ਕਹਿਣਾ ਚਾਹੋਗੇ, ਦੀਵਾਲੀ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਮਾਹੌਲ ਜਿਹੜਾ ਵਾ ਪੂਰਾ ਬਾਜ਼ਾਰ ਦਾ ਬਣਿਆ ਦੁਲਹਨ ਵਾਂਗਰ ਸਜਾਇਆ? ਹਾਂਜੀ ਬਹੁਤ ਵਧੀਆ ਜੀ, ਲਾਇਆ ਮਾਲ, ਆ ਜਾਓ ਦੇਖ ਲਓ ਅੰਦਰੋਂ ਲੈ ਲਓ। ਕਿੱਦਾਂ ਦੀ ਦੀਵਾਲੀ ਮਨਾਈ ਜਾਏਗੀ? ਵਧੀਆ ਜੀ, ਲੱਗੀ ਗਿਆ ਵੇਖੋ ਕੀ ਬਣਦਾ। ਦੀਵਾਲੀ ਦੇ ਕੋਈ ਪੰਜਾਬੀ ਦੇ ਕੋਈ ਸ਼ਰਮਾਉਂਦੇ ਨਹੀਂ, ਤੁਸੀਂ ਸ਼ਰਮਾਉਣ ਕਿਉਂ ਡੇ ਜੀ? ਆਹੋ ਅੱਜ ਸਾਡੇ ਸਰਦਾਰ ਜੀ ਹੈਗੇ, ਇਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ? ਦੀਵਾਲੀ ਦਾ ਤਿਉਹਾਰ ਹੈ ਕਿਸ ਤਰ੍ਹਾਂ ਲੱਗ ਰਿਹਾ? ਦੀਵਾਲੀ ਦਾ ਤਿਉਹਾਰ ਬਹੁਤ ਚੰਗਾ ਵਾ, ਸਭ ਨੂੰ ਸਾਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਵਾ ਅਤੇ ਠੀਕ ਆ। ਰੌਣਕਾਂ ਕਿਸ ਤਰ੍ਹਾਂ ਦੀਆਂ? ਰੌਣਕਾਂ ਠੀਕ ਆ, ਸਮਥਿੰਗ ਜਿੱਦਾਂ ਦੀ ਹੁੰਦੀ ਆ ਉਸ ਤਰ੍ਹਾਂ ਹਰ ਸਾਲ ਵਾਂਗੂ ਹੀ ਉੱਦਾਂ ਦੀ ਹੈਗੀ ਆ, ਪਰ ਬੰਦਾ ਜ਼ਰੂਰ ਹੈਗਾ ਅੱਗੇ ਨਾਲੋਂ, ਪਰ ਠੀਕ ਹੈਗਾ। ਸੋ ਠੀਕ ਹੈ ਪਰ ਮੰਦਾ ਜ਼ਰੂਰ ਹੈ, ਪਰ ਠੀਕ ਹੈ ਫਿਰ ਵੀ ਕਹਿ ਸਕਦੇ ਹਾਂ ਕਿ ਠੀਕ ਹੈ। ਲੋ ਹੁਣ ਪਹੁੰਚ ਗਏ ਅਸੀਂ ਦੁਕਾਨ ਦੇ ਉੱਤੇ ਜਿਹੜੀ ਕਿ ਪਰਸਾਂ ਦੀ ਦੁਕਾਨ ਵਾ। ਲੇਡੀਜ਼ ਲਗਾਤਾਰ ਆਪਣੇ ਪਰਸ ਖਰੀਦਣ 'ਚ ਲੱਗੀਆਂ ਹੋਈਆਂ ਨੇ। ਦੀਵਾਲੀ ਦੇ ਤਿਉਹਾਰ ਦੇ ਉੱਤੇ ਜੋ ਖਰੀਦਿਆ ਜਾਂਦਾ ਬਸ ਖਰੀਦੋ, ਖਰੀਦਣਾ ਜ਼ਰੂਰੀ ਹੈ ਕਿਉਂਕਿ ਦੀਵਾਲੀ ਦਾ ਤਿਉਹਾਰ ਹੀ ਇਸ ਤਰ੍ਹਾਂ ਦਾ ਹੈ। ਅਤੇ ਉਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਜੇ ਕਿ ਜਿਹੜੀ ਦੁਕਾਨ 'ਤੇ ਅਸੀਂ ਮੌਜੂਦ ਹਾਂ ਉੱਥੇ ਖਰੀਦਾ ਖਰੀਦੀ ਹੋ ਰਹੀ ਆ ਪਰਸਾਂ ਦੀ, ਅਤੇ ਪਰਸ ਜਿਹੜੀਆਂ ਔਰਤਾਂ ਇੱਥੇ ਮੌਜੂਦ ਨੇ। ਸੋ ਦੁਕਾਨਦਾਰ ਨਾਲ ਵੀ ਗੱਲਬਾਤ ਕਰਕੇ ਦੇਖਾਂਗੇ ਕਿਉਂਕਿ ਕੀ ਮਾਹੌਲ ਹੈ, ਦੁਕਾਨਦਾਰ ਦੇ ਨਾਲ ਵੀ ਪੁੱਛ ਕੇ ਦੇਖਦੇ ਹਾਂ। ਸਰ ਸਰ ਕੀ ਨਾਮ ਤੁਹਾਡਾ ਜੀ? ਸੋਨੂ ਸ਼ਰਮਾ। ਸਰ ਕੀ ਕਹਿਣਾ ਚਾਹੋਗੇ, ਦੀਵਾਲੀ ਦਾ ਤਿਉਹਾਰ ਹੈ, ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਅੱਜ ਮਾਹੌਲ ਕਿਸ ਤਰ੍ਹਾਂ ਦਾ ਦੀਵਾਲੀ ਦਾ? ਬਹੁਤ ਅੱਛਾ ਲੱਗਦਾ ਵਾ। ਬਾਕੀ ਠੀਕ ਹੈ ਕਿ ਪਹਿਲੇ ਗਾਹਕ ਜ਼ਿਆਦਾ ਸੀ ਪਿਛਲੀ ਦੀਵਾਲੀ ਨੂੰ ਕਿ ਯਾਰ ਕੀ ਜ਼ਿਆਦਾ? ਨਹੀਂ ਪਹਿਲੇ ਨਾਲ ਵੀ ਜ਼ਿਆਦਾ ਵਾ ਅੱਗੇ ਨਾਲ। ਗੱਲ ਦੱਸੋ, ਬੰਦਿਆਂ ਦਾ ਸਮਾਨ ਜ਼ਿਆਦਾ ਵਿਕਦਾ ਕਿ ਜਨਾਨੀਆਂ ਦਾ? ਜਨਾਨੀਆਂ ਦਾ। ਸੋ ਦੀਵਾਲੀ ਦਾ ਤਿਉਹਾਰ ਹੈ, ਚਾਹੇ ਜਿਹੜਾ ਮਰਜ਼ੀ ਤਿਉਹਾਰ ਹੈ, ਬੱਚਿਆਂ ਦਾ ਅਤੇ ਜਨਾਨੀਆਂ ਦਾ ਸਮਾਨ ਜ਼ਿਆਦਾ ਜਿਹੜਾ ਉਹ ਵਿਕਦਾ ਵਾ। ਦੁਕਾਨਦਾਰ ਵੀ ਇਹੋ ਹੀ ਕਹਿ ਰਹੇ ਨੇ ਅਤੇ ਅਸੀਂ ਪਹਿਲਾਂ ਵੀ ਇਹੋ ਹੀ ਕਹਿ ਚੁੱਕੇ ਸੀ ਤੁਹਾਨੂੰ, ਦੁਕਾਨਦਾਰੀ ਚਲਾਉਣ ਵਾਸਤੇ ਜਾਂ ਬੱਚਿਆਂ ਦਾ ਅਤੇ ਜਾਂ ਜਨਾਨੀਆਂ ਦਾ ਯੋਗਦਾਨ ਵੱਡਾ ਰਹਿੰਦਾ। ਸੋ ਕੱਚ ਦੀ ਇਹ ਕੱਪ ਤੁਸੀਂ ਦੇਖ ਸਕਦੇ ਜੇ ਕਿ ਕੱਚ ਦੇ ਕੱਪ, ਡਿਨਰ ਸੈੱਟ, ਹਰ ਚੀਜ਼ ਇੱਥੇ ਮੌਜੂਦ ਹੈ। ਆਂਟੀ ਜੀ ਕੀ ਨਾਮ ਤੁਹਾਡਾ ਜੀ? ਬਲਵਿੰਦਰ ਕੌਰ। ਕੀ ਕਹਿਣਾ ਚਾਹੋਗੇ, ਦੀਵਾਲੀ ਦੇ ਤਿਉਹਾਰ ਦੇ ਉੱਤੇ ਖੁਸ਼ੀਆਂ ਜਿਹੜੀਆਂ ਵਾ ਵੰਡੀਆਂ ਜਾ ਰਹੀਆਂ ਇੱਕ ਦੂਜੇ ਨੂੰ, ਕਿਸ ਤਰ੍ਹਾਂ ਲੱਗ ਰਿਹਾ ਅੱਜ? ਬਹੁਤ ਸੋਹਣਾ, ਬਹੁਤ ਵਧੀਆ। ਖਰੀਦਾ ਖਰੀਦੀ ਕੀ ਕੀਤੀ ਜਾ ਰਹੀ ਹੈ? ਖਰੀਦਾ ਖਰੀਦੀ ਇਸ ਤਰ੍ਹਾਂ ਹੀ, ਕੋਈ ਸ਼ੋਪਿੰਗ ਕਰੋ, ਕੱਪ ਖਰੀਦੋ, ਗਲਾਸ ਖਰੀਦੋ, ਗਿਫਟ ਖਰੀਦੋ, ਲੜੀਆਂ ਖਰੀਦੋ, ਰਿਸ਼ਤੇਦਾਰਾਂ ਨੂੰ ਦੇਣ ਵਾਸਤੇ, ਮਰਗੀ ਖੁਸ਼ੀ ਹੁੰਦੀ ਆ। ਕਦੀ ਮਿਠਾਈ ਦੇ ਡੱਬੇ ਜਾਂ ਫਿਰ ਗਿਫਟ, ਕੁਛ ਨਾ ਕੁਛ ਦੇਣਾ, ਕੁਛ ਨਾ ਕੁਛ ਤਾਂ ਦੇਣਾ ਹੀ ਪੈਂਦਾ ਵਾ, ਕੁਛ ਨਾ ਕੁਛ ਵਾਕਿਆ ਹੀ ਦੇਣਾ ਪੈਂਦਾ।
ਦੇਖ ਸਕਦੇ ਜੇ ਕਿ ਕਿਸ ਤਰੀਕੇ ਦੇ ਨਾਲ ਖਰੀਦਾ ਖਰੀਦੀ ਹੋ ਰਹੀ ਹੈ। ਕੱਚ ਦੇ ਜਿਹੜੇ ਬਰਤਨ ਇੱਥੇ ਤੁਸੀਂ ਦੇਖ ਸਕਦੇ ਜੇ ਸੋਹਣੇ ਸੋਹਣੇ ਮੌਜੂਦ ਨੇ, ਕਿਹੜੀਆਂ ਸੋਹਣੀਆਂ ਜਿਹੜੀਆਂ ਆਈਟਮਾਂ ਇੱਥੇ ਬਣਾਈਆਂ ਗਈਆਂ ਨੇ। ਇਹ ਵਾਕਿਆ ਹੀ ਲੱਗਦਾ ਕਿ ਬਹੁਤ ਹੀ ਵਧੀਆ ਚੀਜ਼ ਜਿਹੜੀ ਹੈ ਬਣਾਈ ਹੋਈ ਆ। ਜਿਹਨੂੰ ਮਰਜ਼ੀ ਦੇਖ ਸਕਦੇ ਅਸੀਂ, ਕੱਪ ਦੇਖ ਸਕਦੇ ਜੀ, ਕਿਆ ਬਾਤ ਹੈ, ਬਹੁਤ ਸ਼ਾਨਦਾਰ ਚੀਜ਼ ਅਸੀਂ ਕਹਿ ਸਕਦੇ ਹਾਂ ਕਿ ਵਾਕਿਆ ਹੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੰਮ੍ਰਿਤਸਰ ਦੀ ਸਜਾਵਟ ਕੀਤੀ ਹੋਈ ਹੈ ਦੁਕਾਨਾਂ ਦੇ ਵਿੱਚ ਫਿਲਹਾਲ, ਪਰ ਕੱਲ੍ਹ ਹੁਣ ਤੁਹਾਨੂੰ ਨਜ਼ਰ ਆਏਗੀ ਹਰ ਇੱਕ ਦੇ ਘਰ ਦੇ ਵਿੱਚ ਸਜਾਵਟ, ਹਰ ਇੱਕ ਦੇ ਦੁਕਾਨਾਂ ਦੇ ਉੱਤੇ ਸਜਾਵਟ, ਹਰ ਇੱਕ ਜਗ੍ਹਾ 'ਤੇ ਤੁਹਾਨੂੰ ਸਜਾਵਟ ਨਜ਼ਰ ਆਏਗੀ। ਕਿਉਂ ਨਜ਼ਰ ਆਏਗੀ? ਕਿਉਂਕਿ ਦੀਪਾਵਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਮਨਾਇਆ ਜਾਂਦਾ ਹੈ ਸੋਹਣੇ ਤਰੀਕੇ ਦੇ ਨਾਲ। ਭੈਣ ਜੀ, ਕੀ ਨਾਮ ਤੁਹਾਡਾ ਜੀ? ਸੀਮਾ। ਕੀ ਕਹਿਣਾ ਚਾਹੋਗੇ, ਦੀਵਾਲੀ ਦਾ ਤਿਉਹਾਰ ਹੈ, ਕਿਸ ਤਰ੍ਹਾਂ ਇੰਜੋਇਮੈਂਟ ਕੀਤੀ ਜਾ ਰਹੀ ਹੈ? ਸ਼ਾਪਿੰਗ ਹੋ ਰਹੀ ਹੈ। ਕੀ-ਕੀ ਖਰੀਦਣ ਵਾਸਤੇ ਅੱਜ ਪਹੁੰਚੇ? ਆਲਮੋਸਟ ਸਭ ਕੁਝ, ਗਿਫਟ ਵਗੈਰਾ, ਪੂਜਾ ਦਾ ਸਮਾਨ, ਸਭ ਕੁਝ ਖਰੀਦਣ ਵਾਸਤੇ ਨਿਕਲੇ ਹਾਂ। ਪਹਿਲੇ ਪਿਛਲੀ ਦੀਵਾਲੀ ਜਾਂ ਐਰਕੀ ਦੀਵਾਲੀ ਲੱਗੇ ਕੋਈ ਨਜ਼ਰ ਨਹੀਂ ਆਉਂਦਾ ਫਰਕ, ਕਿਉਂਕਿ ਮੰਦੇ ਦੀ ਜਿਹੜੀ ਮਾਂ? ਹਾਂਜੀ, ਕਾਫੀ ਡਿਸਟੈਂਸ ਹੈ, ਇੰਨੀ ਰੌਣਕ ਨਹੀਂ ਹੈਗੀ ਬਾਜ਼ਾਰਾਂ ਦੇ ਵਿੱਚ, ਕਾਫੀ ਡਿਸਟੈਂਸ ਹੈਗਾ। ਨਹੀਂ ਤਾਂ ਪਹਿਲੇ 4-5 ਦਿਨ ਕਾਫੀ ਰੌਣਕ ਹੁੰਦੀ ਆ ਬਾਜ਼ਾਰਾਂ ਦੇ ਵਿੱਚ, ਬਟ ਇਸ ਵਾਰ ਨਹੀਂ ਹੈ, ਇਸ ਸਿਰਫ ਇੱਕ ਦਿਨ ਪਹਿਲੇ। ਹਾਂਜੀ ਹਾਂਜੀ, ਸਹੀ ਗੱਲ ਹੈ। ਤੁਹਾਨੂੰ ਦੱਸ ਦਈਏ ਕਿ ਦੀਵਾਲੀ ਦੇ ਤਿਉਹਾਰ ਦੀਆਂ ਜਿਹੜੀਆਂ ਰੌਣਕਾਂ ਮੈਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਚਾਰੋਂ ਪਾਸੇ, ਮਾਰਕੀਟ ਦੇ ਵਿੱਚ ਸਾਡੀ ਟੀਮ ਉਤਰੀ ਸੀ ਅਤੇ ਸਾਰੇ ਪਾਸੇ ਰੌਣਕਾਂ ਦਿਖਾਈਆਂ ਗਈਆਂ, ਹਰ ਪਾਸੇ ਰੌਣਕਾਂ ਤੇ ਲੱਗੀਆਂ, ਪਰ ਹਰ ਇੱਕ ਦੀ ਜ਼ਬਾਨ ਦੇ ਉੱਤੇ ਇੰਨੀ ਗੱਲ ਜ਼ਰੂਰ ਹੈ ਕਿ ਮੰਦੇ ਦੀ ਮਾਰ ਇਸ ਵਾਰ ਜ਼ਿਆਦਾ ਹੀ ਪਈ ਹੈ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।